ਏਸ਼ੀਅਨ ਗੋਲਡ ਮੈਡਲਿਸਟ ਅਤੇ ਧਿਆਨ ਚੰਦ ਅਵਾਰਡ ਨਾਲ ਸਨਮਾਨਿਤ ਐਥਲੀਟ ਹਾਕਮ ਸਿੰਘ ਜ਼ਿੰਦਗੀ ਦੀ ਜੰਗ ਹਾਰਦੇ ਨਜ਼ਰ ਆ ਰਹੇ ਨੇ। 64 ਸਾਲਾਂ ਹਾਕਮ ਸਿੰਘ ਸੰਗਰੂਰ ਦੇ ਇੱਕ ਹਸਪਤਾਲ ਵਿੱਚ ਜਿਗਰ ਦੀ ਬਿਮਾਰੀ ਨਾਲ ਲੜਦਿਆਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਨੇ, ਪਰ ਆਰਥਿਕ ਪਰੇਸ਼ਾਨੀਆਂ ਕਾਰਨ ਹਾਕਮ ਸਿੰਘ ਨੂੰ ਇਲਾਜ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਸਰਕਾਰ ਤੋਂ ਮਦਦ ਮੰਗਣ ਤੇ ਵੀ ਉਹਨਾਂ ਦੇ ਪਰਿਵਾਰ ਦੇ ਹੱਕ ਨਿਰਾਸ਼ਾ ਹੀ ਲੱਗੀ ਹੈ। ਹਾਕਮ ਸਿੰਘ ਦੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਉਹਨਾਂ ਨੂੰ ਗੱਲ ਕਰਨ ਲਈ ਵੀ ਪਰੇਸ਼ਾਨੀਆਂ ਆ ਰਹੀਆਂ ਨੇ। ਹਾਕਮ ਸਿੰਘ ਮੁਤਾਬਕ ਦੇਸ਼ ਦਾ ਨਾਂ ਚਮਕਾਉਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ, ਲਿਹਾਜ਼ਾ ਹੁਣ ਹਾਕਮ ਸਿੰਘ ਲੋਕਾਂ ਅੱਗੇ ਮਦਦ ਦੀ ਗੁਹਾਰ ਲਗਾ ਰਹੇ ਨੇ। ਚੌਥੀ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਉਦੋਂ ਗੋਲਡ ਮੈਡਲ ਆ, ਨਾਲ ਹੀ ਗੋਲਡ ਮੈਡਲ ਆ, ਨਾਲ ਹੀ 8ਵੇਂ ਚ ਮੈਨੂੰ ਰਾਸ਼ਟਰਪਤੀ ਨੇ ਧਿਆਨ ਚੰਦ ਅਵਾਰਡ ਨਾਲ ਸਨਮਾਨਿਤ ਕੀਤਾ। ਹਾਂਜੀ, ਨਾ ਕੋਈ ਮਦਦ ਨਹੀਂ ਕਰ ਰਹੀ। ਮੈਂ ਕਹਿੰਦਾ ਵੀ ਮੈਂ ਲੋਕਲ ਘਰ ਦਾ ਮੁੰਡਾ, ਗਰੀਬ ਆ, ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਆਰਥਿਕ ਪੱਖੋਂ ਇੰਨੇ ਕਮਜ਼ੋਰ ਹੋ ਚੁੱਕੇ ਨੇ ਕਿ ਹਾਕਮ ਸਿੰਘ ਦੇ ਇਲਾਜ ਲਈ ਹਸਪਤਾਲ ਦਾ ਬਿੱਲ ਤੱਕ ਭਰਨਾ ਉਹਨਾਂ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਹੈ। ਹਾਂਜੀ, ਅਸੀਂ ਇਹੀ ਚਾਹੁੰਦੇ ਵੀ ਆਰਥਿਕ ਪੱਖੋਂ ਅਸੀਂ ਤੰਗੀ ਇਹਨਾਂ ਖਿਡਾਰੀਆਂ ਦੀ ਕੋਈ ਕਦਰ ਨਹੀਂ, ਬਸ ਜਦੋਂ ਵੀ ਇਹਨਾਂ ਨੂੰ ਖੇਡਦੇ ਨੇ ਉਦੋਂ ਠੀਕ ਹੈ, ਗੋਲਡ ਮੈਡਲ ਲੈ ਲੈਂਦੇ ਨੇ, ਇੰਡੀਆ ਸਾਡੀ ਬੱਲੇ ਬੱਲੇ ਹੋ ਜਾਂਦੀ ਹੈ, ਬਾਅਦ 'ਚ ਕੋਈ ਇਹਨਾਂ ਦੀ ਬਾਤ ਨਹੀਂ ਪੁੱਛਦਾ। ਅੱਜ ਅਸੀਂ ਇਹ ਵੇਖ ਲਓ ਤੁਹਾਡੇ ਸਾਹਮਣੇ ਵੀ ਮੌਤ ਅਤੇ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਨੇ, ਅਤੇ ਆਰਥਿਕ ਪੱਖੋਂ ਸਾਨੂੰ ਤੰਗੀ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈਗੀ। ਫੇਰ ਹੀ ਖਿਡਾਰੀ ਅੱਗੇ ਆਉਣਗੇ, ਅਤੇ ਅੱਜ ਵੇਖੋ ਵੀ ਇਹਨਾਂ ਦੀ ਕੀ ਹਾਲਤ ਹੈ, ਤੁਸੀਂ ਆਪ ਹੀ ਵੇਖ ਰਹੇ ਹੋਗੇ। ਖਰਚਾ ਵੀਰੇ ਅੱਜ ਤੱਕ ਬਸ ਸਾਡੇ ਕੋਲ ਜੋ ਸੀ, ਅਸੀਂ 1,00,000 ਸਾਡਾ ਲੱਗ ਚੁੱਕਿਆ ਹੈਗਾ, ਉਸ ਤੋਂ ਬਾਅਦ ਆ ਬੈਠੇ ਹੁਣ ਇਹ ਦੇਖਦੇ ਸੀ ਵੀ ਘਰ ਨੂੰ ਲੈ ਜਾਈਏ ਇਹਨਾਂ ਨੂੰ ਕੱਲ੍ਹ ਨੂੰ, ਕਿਉਂਕਿ ਅਸੀਂ ਆਰਥਿਕ ਪੱਖੋਂ ਬਹੁਤ ਤੰਗ ਆ ਗਏ। 2 ਏਕੜ ਜ਼ਮੀਨ ਹੈ ਸਾਡੇ ਕੋਲ ਸਾਰੀ, ਬਸ ਇੱਕ ਪੈਨਸ਼ਨ ਹੈਗੀ ਇਹਨਾਂ ਦੀ 7,000 ਪੁਲਿਸ ਵੱਲੋਂ, ਕਿਉਂਕਿ ਇਹਨਾਂ ਦੀ ਸਰਵਿਸ ਬਹੁਤ ਘੱਟ ਸੀਗੀ, 10 ਸਾਲ ਹੀ ਹੋਈ ਸੀਗੀ, ਅਤੇ ਬਸ 7 ਦੂਸਰੀ ਦੇ ਰਹੀ ਹੈ ਆਪਣਾ, ਖੇਡਾਂ ਦੀ ਲੱਗੀ ਹੋਈ ਇਹਨਾਂ ਨੂੰ, ਬਸ 14,000। ਉਧਰ ਪਰਿਵਾਰ ਦੀ ਇਸ ਅਪੀਲ ਤੋਂ ਬਾਅਦ ਭਾਰਤ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਹਾਕਮ ਸਿੰਘ ਦੀ ਮਦਦ ਲਈ ਅੱਗੇ ਆਏ ਨੇ, ਜਿਸ ਤੋਂ ਬਾਅਦ ਹਾਕਮ ਸਿੰਘ ਦੇ ਪਰਿਵਾਰ ਨੂੰ ਮਦਦ ਦੀ ਉਮੀਦ ਜਾਗੀ ਹੈ। ਦੱਸ ਦਈਏ ਕਿ ਹਾਕਮ ਸਿੰਘ ਨੂੰ ਖੇਡ ਦੇ ਵਿਕਾਸ 'ਚ ਅਹਿਮ ਯੋਗਦਾਨ ਦੇ ਲਈ ਉਹਨਾਂ ਨੂੰ 29 ਅਗਸਤ 2008 ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਹਾਕਮ ਸਿੰਘ ਭਾਰਤੀ ਫੌਜ ਦਾ ਵੀ ਹਿੱਸਾ ਰਹੇ ਨੇ, ਫਿਰ ਵੀ ਅੱਜ ਜਦੋਂ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਦਰ ਦਰ ਭਟਕਣਾ ਪੈ ਰਿਹਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।